ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਮੈਂ ਤਰਨਦੀਪ ਸਿੰਘ ਅੱਜ ਰੋਪੜ ਦੇ ਵਿੱਚ ਅਲਕਾ ਲਾਂਬਾ ਦੀ ਐਸਐਸਪੀ ਦੇ ਦਫ਼ਤਰ ਦੇ ਵਿੱਚ ਪੇਸੇ ਸੀ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਅੱਜ ਰੋਪੜ ਵਿੱਚ ਸਖਤੀ ਪ੍ਰਦਰਸ਼ਨ ਕਰ ਰਹੀ ਹੈ। ਦਰਅਸਲ ਅਲਕਾ ਲਾਂਬਾ ਨੂੰ ਸੰਮਣ ਭੇਜਿਆ ਸੀ ਰੋਪੜ ਦੇ ਐਸਐਸਪੀ ਨੇ ਕਿ ਜੋ ਉਸਨੇ ਬਿਆਨ ਦਿੱਤਾ ਸੀ ਇੱਕ ਟੀਵੀ ਸ਼ੋਅ ਦੇ ਦੌਰਾਨ ਕਿ ਅਰਵਿੰਦ ਕੇਜਰੀਵਾਲ ਦੇ ਅੱਤਵਾਦੀ ਦੇ ਨਾਲ ਸਬੰਧ ਹਨ, ਖਾਲਿਸਤਾਨ ਦੇ ਨਾਲ ਨਾਤਾ ਹੈ, ਜਿਸ ਨੂੰ ਲੈ ਕੇ ਸਬੂਤਾਂ ਸਮੇਤ ਪੇਸ਼ ਹੋਣ ਦੀ ਸੰਮਣ ਭੇਜਿਆ ਸੀ, ਜਿਸ ਨੂੰ ਲੈ ਕੇ ਅੱਜ ਪੇਸੇ ਸੀ ਐਸਐਸਪੀ ਦਫ਼ਤਰ ਦੇ ਵਿੱਚ ਅਲਕਾ ਲਾਂਬਾ ਦੀ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਤਮਾਮ ਲੀਡਰਸ਼ਿਪ ਵਰਕਰ ਧਰਨਾ ਦੇ ਰਹੇ ਹਨ ਐਸਐਸਪੀ ਦੇ ਦਫ਼ਤਰ ਦੇ ਬਾਹਰ ਰੋਪੜ ਦੇ ਵਿੱਚ ਸਖਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਰੋਪੜ ਦੇ ਐਸਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਮਾਮ ਵਰਕਰ ਦਿੱਗਜ ਨੇਤਾ ਅਤੇ ਨਾਲ ਹੀ ਆਗੂ ਨੇ ਜੋ ਪ੍ਰਤਾਪ ਸਿੰਘ ਬਾਜਪਾ, ਰਾਜਾ ਬੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਨਵਜੋਤ ਸਿੰਘ ਸਿੱਧੂ ਸਾਬਕਾ ਪ੍ਰਧਾਨ, ਨਾਲ ਹੀ ਸਤਜਿੰਦਰ ਸਿੰਘ ਰੰਧਾਵਾ ਵੀ ਪਹੁੰਚੇ ਹੋਏ ਹਨ। ਤਮਾਮ ਲੀਡਰਸ਼ਿਪ ਕਾਂਗਰਸ ਦੀ ਸਾਰੀ ਸਖਤੀ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਸਾਰੇ ਤਮਾਮ ਨੇਤਾ ਵਰਕਰ ਰੋਪੜ ਦੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਈ ਬੈਠੇ ਹਨ। ਦਰਅਸਲ ਇਹਨਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਸਵਾਲ ਵੀ ਖੜੇ ਕੀਤੇ ਹਨ। ਕਾਂਗਰਸ ਪਾਰਟੀ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ, ਉਹਨਾਂ ਨੇ ਕੇਜਰੀਵਾਲ ਤੇ ਵੀ ਨਿਸ਼ਾਨੇ ਸਾਧੇ ਹਨ। ਮਨਪ੍ਰੀਤ ਜਾਣਕਾਰੀ ਅੱਜ ਤੈਨੂੰ ਮੁੱਖ ਮੰਤਰੀ ਬਣਾਇਆ ਸੀ ਪੰਜਾਬ ਦੇ ਲੋਕਾਂ ਨੇ, ਤੂੰ ਬਣ ਗਿਆ ਦਿੱਲੀ ਦੇ ਮੁੱਖ ਮੰਤਰੀ ਦਾ ਸੰਤਰੀ, ਮੈਂ ਕਹਿੰਦਾ ਸੰਤਰੀ ਬਣ ਗਿਆ ਤੂੰ, ਫਿਰ ਵੀ ਰੱਖਦਾ ਪੰਜਾਬ। ਮੈਂ ਕੋਈ ਮੁੱਖ ਮੰਤਰੀ ਅੱਜ ਤੱਕ ਇੱਕ ਮਹੀਨੇ ਚ ਅਰਸ਼ ਤੋਂ ਫਰਸ਼ ਤੇ ਆਉਣਾ ਨਹੀਂ ਦੇਖਿਆ। ਲੋਕਾਂ ਚ ਖੜ ਕੇ ਵਿਖਾ ਮਿੱਤਰਾ, ਬਿਜਲੀ ਦਿਆਂਗੇ ਸਾਰਿਆਂ ਨੂੰ, ਦੇਤੀ ਐਲਾਨਵੰਤ, ਤੇਰਾ ਨਾਮ ਰੱਖਤਾ ਐਲਾਨਵੰਤ, ਐਲਾਨਵੰਤ ਤੇਰਾ ਨਾਮ ਹੈ। ਡੀ ਫੈਕਟੋ ਮੁੱਖ ਮੰਤਰੀ ਉੱਥੇ ਹੈ, ਉਹ ਚਲਾਊ। ਜੇ ਤੁਹਾਨੂੰ ਸਰਕਾਰ ਚਲਾਉਣੀ ਨਹੀਂ ਸੀ ਆਉਂਦੀ, ਲਾਇਸੈਂਸ ਦੇਤਾ ਪੰਜਾਬ ਨੂੰ ਲੁੱਟਣ ਦਾ। ਅੱਜ ਤੁਹਾਡੀ ਪੁਲਿਸ ਕੁਮਾਰ ਵਿਸ਼ਵਾਸ ਜੀ ਹੋਣ, ਭਾਵੇਂ ਉਹ ਉੱਥੇ ਦਿੱਲੀ ਦੇ ਸਕੋਰ ਇੱਥੇ ਪੰਜਾਬ ਪੁਲਿਸ ਤੋਂ ਸੈਟਲ ਕਰਵਾ ਰਹੀ ਹੈ, ਪੁਲਿਸ ਦੀ ਪੋਲਿਟਿਸਾਈਜੇਸ਼ਨ ਕਰਾ ਰਹੀ ਹੈ, ਏਜੰਸੀਆਂ ਨੂੰ ਆਪਣੇ ਸਵਾਰਥ ਦੇ ਲਈ ਬਣਾ ਰਹੀ। ਇਸ ਕਰਕੇ ਭਗਵੰਤ ਮਾਨਾ, ਜਿਸ ਬੰਦੇ ਨੇ ਆਪਣੀ ਜ਼ਮੀਰ ਗਿਰਵੀ ਰੱਖਤੀ ਹੋਵੇ, ਉਹਦੇ ਕੋਲ ਕੋਈ ਵੀ ਤਾਕਤ ਹੋਵੇ, ਕੋਈ ਮਿਹਣੇ ਨਹੀਂ ਰੱਖਦੀ, ਕੋਈ ਮੈਨੇ ਨਹੀਂ ਰੱਖਦੀ, ਜਿਹੜੀ ਤਾਕਤ ਹੈ ਤੇਰੇ ਕੋਲ। ਭਗਤ ਸਿੰਘ ਆਜ਼ਾਦੀ ਲਈ ਲੜਿਆ, ਭਗਤ ਸਿੰਘ ਪੀਲੀ ਪੱਗ ਬੰਨ ਕੇ ਜਾਨ ਵਾਰ ਗਿਆ ਆਜ਼ਾਦੀ ਲਈ, ਤੂੰ ਗੁਲਾਮੀ ਲਈ ਝੁਕ ਗਿਆ। ਸਾਡੇ ਦਾ ਮੁੱਖ ਮੰਤਰੀ ਇਸ ਦਾ ਬਣ ਗਏ ਜੀ, ਤੁਸੀਂ ਮਾਂਜਦੇ ਹੋ ਪੰਜਾਬ, ਇਹ ਤੂੰ ਲੈਜੀਟੀਮਾਈਜ਼ ਕਰਤਾ ਕੇਜਰੀਵਾਲ ਦੀ ਤਾਕਤ ਨੂੰ। ਇਹ ਸਮਝੌਤੇ ਨੇ ਦਿੱਤਾ ਗਿਆ ਔਰ ਅਚਨਚੇਤ ਉਹਨਾਂ ਦੇ ਘਰ ਤੈਨੂੰ ਵੀ ਪੁਲਿਸ ਕਰਮਚਾਰੀ ਤੇਰੀਆਂ ਨਜ਼ਰਾਂ 'ਚ ਸਿੱਟ ਦੇਣਾ। ਮੈਂ ਸਮਝਦਾ ਦੇਰ ਇਜ਼ ਨੋ ਸਫਰਿੰਗ ਦੈਟ ਪਿਟੀ ਵਿਲ ਨਾਟ ਇਨਸਲਟ, ਯੂ ਆਰ ਇਨ ਅ ਪਿਟੀਏਬਲ ਸਿਚੁਏਸ਼ਨ, ਤੇਰੇ ਨਾਲ ਕੀ ਗੱਲ ਕਰੀ ਹੈ, ਤੇਰੇ ਹੱਥ ਪੱਲੇ ਹੀ ਕੱਖ ਨਹੀਂ, ਸਰਕਾਰਾਂ ਆਉਂਦੀਆਂ ਜਾਂ ਰਬੜ ਦਾ ਗੁੱਡਾ ਹੈ, ਚਾਬੀ ਦੇ ਕੇ ਛੱਡਿਆ ਹੋਇਆ, ਚਾਬੀ ਦੇ ਕੇ ਛੱਡਿਆ ਹੋਇਆ, ਜਦੋਂ ਚਾਬੀ ਮੁੱਕ ਜਾਂਦੀ। ਇਸ ਪਰਚੇ ਦਾ ਪੁਰਸ਼ੋਰ ਕਾਂਗਰਸ ਵਿਰੋਧ ਕਰਦੀ ਹੈ, ਇਹ ਪਰਚਾ ਨਿੱਜੀ ਸਵਾਰਥਾਂ ਦੀ ਪੂਰਤੀ ਦੇ ਲਈ ਹੈ, ਇਹ ਪਰਚਾ।